ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੌਸਮ ਦੀ ਅਪਡੇਟ ਕਿਸਾਨ ਵੀਰਾਂ ਲਈ ਲੈ ਕੇ ਹਾਜ਼ਰ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਵਿੱਚ ਕੀ ਕੀ ਮੌਸਮੀ ਹਲਚਲਾਂ ਹੋਣਗੀਆਂ ਗੱਲ ਕਰਾਂਗੇ 3 4 ਅਤੇ 5 ਜੂਨ ਦੀ ਕਿ ਇਹਨਾਂ ਦਿਨਾਂ ਵਿੱਚ ਮੌਸਮ ਕਿਵੇਂ ਦਾ ਰਹੇਗਾ ਪਹਿਲਾਂ ਜੇ ਗੱਲ ਕਰੀਏ ਜੇ 3 ਜੂਨ ਦੀ ਤਾਂ 3 ਜੂਨ ਨੂੰ ਪੰਜਾਬ ਵਿੱਚ ਬੱਦਲਵਾਈ ਦਾ ਦੌਰ ਦਾ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲੇਗਾ ਕਈ ਹਿੱਸਿਆਂ ਦੇ ਵਿੱਚ ਬੱਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅਤੇ ਜਿਹੜੇ ਮੀਂਹ ਦੇ ਹਾਲਾਤ ਹੋਣਗੇ ਉਹ ਜਿਹੜਾ ਪੰਜਾਬ ਦਾ ਉੱਤਰੀ ਭਾਗ ਹੈ ਤਾਂ ਉਸ ਦੇ ਵਿੱਚ ਦੇਖਣ ਨੂੰ ਮਿਲੂਗਾ ਜਿਹੜਾ ਕਿ ਪਹਾੜੀ ਇਲਾਕਿਆਂ ਦੇ ਨੇੜੇ ਪੈ ਜਾਂਦਾ ਜਿਹੜੀਆਂ ਮੌਸਮੀ ਗਤੀਵਿਧੀਆਂ ਹੋਣਗੀਆਂ ਉਹ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਇਸ ਦੇ ਵਿੱਚ ਇਲਾਕੇ ਐਸਬੀਐਸ ਨਗਰ ਤੋਂ ਲੈ ਕੇ ਰੂਪਨਗਰ ਹੋ ਗਿਆ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਕੁਝ ਭਾਗ ਕਪੂਰਥਲਾ ਦੇ ਜਲੰਧਰ ਲੁਧਿਆਣੇ ਦੇ ਨਵਾਂ ਸ਼ਹਿਰ ਤੱਕ ਦੇ ਇਲਾਕੇ ਤੇ ਨਾਲ ਕੁਝ ਭਾਗ ਅੰਮ੍ਰਿਤਸਰ ਸਾਹਿਬ ਦੇ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਜਿਹੜੀਆਂ ਮੌਸਮੀ ਗਤੀਵਿਧੀਆਂ ਅੱਜ ਆਪਾਂ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਤੋਂ ਬਿਨਾ ਬਾਕੀ ਪੰਜਾਬ ਦੇ ਜਿਹੜੇ ਇਲਾਕੇ ਹੋਣਗੇ ਉਹ ਲਗਭਗ ਹਲਕੀ ਫੁਲਕੀ ਬੱਦਲਵਾਈ ਦਰਮਿਆਨ ਸਾਫ਼ ਰਹਿਣਗੇ ਤੇ ਉਹਨਾਂ ਵਿੱਚ ਧੁੱਪ ਵੀ ਦੇਖਣ ਨੂੰ ਮਿਲਦੀ ਰਹੇਗੀ ਜਿਹੜੇ ਕਿ ਪੰਜਾਬ ਦੇ ਇਲਾਕੇ ਹਰਿਆਣੇ ਅਤੇ ਰਾਜਸਥਾਨ ਦੇ ਕਰੀਬ ਪੈਂਦੇ ਨੇ ਉਹਨਾਂ ਵਿੱਚ ਮੌਸਮ ਸੋ ਇਸੇ ਤਰ੍ਹਾਂ ਦਾ ਮੌਸਮ ਹੀ ਲਗਭਗ ਆਪਾਂ ਨੂੰ 4 ਜੂਨ ਨੂੰ ਦੇਖਣ ਨੂੰ ਮਿਲੂਗਾ ਸਵੇਰ ਦੇ ਸਮੇਂ ਤੋਂ ਬੱਦਲਵਾਈ ਟੁੱਟਵੇਂ ਰੂਪ ਵਿੱਚ ਬਣੀ ਰਹੇਗੀ ਅਤੇ ਮੌਸਮਾ ਜਿਹੜਾ ਅਚਾਨਕ ਹੀ ਕੁਝ ਘੰਟਿਆਂ ਲਈ ਬਦਲਦਾ ਪੰਜਾਬ ਦੇ ਵਿੱਚ ਨਜ਼ਰ ਆ ਸਕਦਾ ਹੈ ਜਿਸ ਕਰਕੇ ਅਚਾਨਕ ਹੀ ਮੌਸਮ ਇੱਕ ਦੋ ਘੰਟੇ ਵਿੱਚ ਬਦਲਣ ਤੋਂ ਬਾਅਦ ਤੇਜ਼ ਹਵਾਵਾਂ ਨਾਲ ਇਹਦੀਆਂ ਬੁਚਾਰਾਂ ਨੇ ਉਹ ਕੋਈ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਪਰ ਜਿਹੜਾ ਇਹ ਸਿਸਟਮ ਹੈ ਇਹ ਲਗਭਗ ਅੱਜ ਰਾਤ ਤੋਂ ਬਾਅਦ ਕਮਜ਼ੋਰ ਹੋ ਜਾਵੇਗਾ ਸੋ ਜਿਸ ਦੇ ਚਲਦੇ ਪੰਜਾਬ ਦਾ ਮੌਸਮ ਬੜਾ ਚਾਰ ਤੇ 5 ਜੂਨ ਨੂੰ ਥੋੜਾ ਜਿਹਾ ਆਪਾਂ ਨੂੰ ਸਾਫ਼ ਨਜ਼ਰ ਆਵੇਗਾ ਪਿਛਲੇ ਦਿਨ ਦੇ ਮੁਕਾਬਲੇ ਪਰ ਆਪਰੋਂ 5 ਜੂਨ ਦੀ ਸਵੇਰ ਤੱਕ 3 ਅਤੇ 4 ਜੂਨ ਇਹਨਾਂ ਦੋਨਾਂ ਦਿਨਾਂ ਵਿੱਚ ਪੰਜਾਬ ਵਿੱਚ ਟੁੱਟੂਆਂ ਰੂਪ ਵਿੱਚ ਵੱਖ-ਵੱਖ ਸਮੇਂ ਦੌਰਾਨ ਜਿਹੜੀਆਂ ਮੌਸਮ ਵਿੱਚ ਥੋੜੀ ਜਿਹੀ ਹਲਚਲ ਹੁੰਦੀ ਨਜ਼ਰ ਆਉਂਦੀ ਰਹੇਗੀ ਕਿਉਂਕਿ ਇਹ ਸਿਸਟਮ ਦਾ ਪ੍ਰਭਾਵ ਹੈ ਜਿਹੜਾ 4 ਜੂਨ ਤੱਕ ਨਜ਼ਰ ਆਵੇਗਾ ਤੇ ਉਸ ਤੋਂ ਬਾਅਦ ਜੇਕਰ ਆਪਾਂ 10 ਜੂਨ ਤੱਕ ਦੀ ਗੱਲ ਕਰ ਲਈਏ ਤਾਂ 6 7 ਅਤੇ 8 ਜੂਨ ਨੂੰ ਪੰਜਾਬ ਦਾ ਮੌਸਮ ਬੜਾ ਜ਼ਿਆਦਾਤਰ ਸਾਫ਼ ਰਹੇਗਾ ਪਰ 6 ਦੀ ਸ਼ਾਮ ਤੋਂ ਇੱਕ ਜਿਹੜਾ ਨਵਾਂ ਸਿਸਟਮ ਹੈ ਉਹ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਆਪਾਂ ਨੂੰ ਹਲਕੀਆਂ-ਫੁਲਕੀਆਂ ਫਿਰ ਬਰਸਾਤੀ ਤੇ ਜੇਕਰ ਉਸ ਤੋਂ ਬਾਅਦ ਅਗਲੇ ਦਿਨਾਂ ਦੀ ਗੱਲ ਕਰੀਏ ਤਾਂ 8 ਤਰੀਕ ਤੋਂ ਪੰਜਾਬ ਦੇ ਮੌਸਮ ਵਿੱਚ ਹਵਾਵਾਂ ਦਾ ਪਰਿਵਰਤਨ ਆਵੇਗਾ ਬੰਗਾਲ ਦੀ ਸੌਰੀ ਅਰਬ ਸਾਗਰ ਤੋਂ ਜਿਹੜੀਆਂ ਹਵਾਵਾਂ ਨੇ ਉਹ ਰਾਜਸਥਾਨ ਤੋਂ ਹੁੰਦੀਆਂ ਹੋਈਆਂ ਪੰਜਾਬ ਵਿੱਚ ਪਹੁੰਚਣੀਆਂ ਜਿਸ ਕਰਕੇ ਪੰਜਾਬ ਵਿੱਚ ਨਮੀ ਦੀ ਮਾਤਰਾ ਵਧੇਗੀ ਕਿਉਂਕਿ ਜਿਹੜੀਆਂ ਮੌਇਸਚਰ ਵਾਲੀਆਂ ਹਵਾਵਾਂ ਹੋਣਗੀਆਂ ਅਰਬ ਸਾਗਰ ਤੋਂ ਉਹ ਪੰਜਾਬ ਵਿੱਚ ਦਾਖਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਪੰਜਾਬ ਦੇ ਵਿੱਚ ਦੱਖਣ ਪੱਛਮੀ ਹਵਾਵਾਂ ਦਾ ਰੁਖ ਦੇਖਣ ਨੂੰ ਮਿਲੂਗਾ ਜਿਸ ਕਰਕੇ ਕੁਝ ਹੋ ਸਕਦਾ ਹੈ ਕਿ ਪੰਜਾਬ ਵਿੱਚ ਥੋੜਾ ਜਿਹਾ ਗਹਿਰ ਯਾਨੀ ਕਿ ਗਰਦ ਵਾਲੀਆਂ ਹਵਾਵਾਂ ਅਸਮਾਨ ਵਿੱਚ ਪਹੁੰਚ ਸਕਦੀਆਂ ਨੇ ਜਿਸ ਕਰਕੇ ਮੌਸਮ ਮਾੜਾ ਥੋੜਾ ਜਿਹਾ ਗਰਦ ਵਾਲਾ ਦੇਖਣ ਨੂੰ ਮਿਲ ਸਕਦਾ ਹੈ ਜਣ ਕਿ ਧੂੜ ਭਰੀਆਂ ਜਿਹੜੀਆਂ ਹਵਾਵਾਂ ਹੋਣਗੀਆਂ ਰਾਜਸਥਾਨ ਦੇ ਵਿੱਚੋਂ ਹੋਣਗੀਆਂ ਤਾਂ ਉਸ ਕਰਕੇ ਹਵਾਵਾਂ ਦੇ ਨਾਲ ਧੂੜ ਪੰਜਾਬ ਦੇ ਅਸਮਾਨ ਵਿੱਚ ਦੇਖਣ ਨੂੰ ਮਿਲੂਗੀ ਜਿਸ ਕਰਕੇ ਜਿਹੜਾ ਵਾਤਾਵਰਨ ਹੈ ਉਹ ਥੋੜਾ ਜਿਹਾ ਵਿਗੜਿਆ ਨਜ਼ਰ ਆਵੇਗਾ ਪਰ ਹਵਾਵਾਂ ਦੇ ਵਿੱਚ ਨਮੀ ਵੀ ਹੋਵੇਗੀ ਜਿਸ ਤੋਂ ਬਾਅਦ 10 ਤੋਂ ਲੈ ਕੇ ਅਗਲੇ ਜਿਹੜੇ ਇੱਕ ਦੋ ਦਿਨ ਹੋਣਗੇ ਤਾਂ ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਫਿਰ ਇੱਕ ਵਾਰ ਪੰਜਾਬ ਦਾ ਮੌਸਮ ਬਦਲਦਾ ਨਜ਼ਰ ਆ ਸਕਦਾ ਹੈ ਜਿਸ ਦੇ ਕਾਰਨ ਜਿਹੜਾ ਮੌਸਮ ਦੇ ਵਿੱਚ ਜਿਹੜਿਆ ਬਦਲਾਅ ਨੇ ਉਹ ਲਗਾਤਾਰ ਟੁੱਟਵੇਂ ਰੂਪ ਵਿੱਚ ਜਾਰੀ ਰਹਿਣਗੇ ਸੋ ਬਾਕੀ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਅਗਲੇ ਦਿਨਾਂ ਦੀ ਅਪਡੇਟ ਸਾਂਝੀ ਕਰਦੇ ਰਹਾਂਗੇ ਜਿਵੇਂ ਵੀ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਰਹੇਗੀ ਉਸ ਦੇ ਲਗਭਗ ਆਪਾਂ ਇੱਕ ਦਿਨ ਪਹਿਲਾਂ ਜਿਹੜੀ ਅਪਡੇਟ ਆ ਤੁਹਾਡੇ ਤੱਕ ਸਾਂਝੀ ਕਰਾਂਗੇ ਸੋ ਬਾਕੀ ਲਗਾਤਾਰ ਕਿਸਾਨੀ ਖੇਤੀਬਾੜੀ ਹਰ ਪ੍ਰਕਾਰ ਦੀ ਮੌਸਮ ਦੀ ਜਾਣਕਾਰੀਆਂ ਲਈ ਚੈਨਲ YouTube ਫਾਰਮਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ